ਬੜੀ ਮਿਹਰਬਾਨੀ ਜੀ ਜਿਹੜਾ ਤੁਸੀਂ ਇਤਨਾ ਟਾਈਮ ਕੱਢ ਕੇ ਮੇਰੇ ਕੋਲ ਆਇਓ ਔਰ ਤੁਹਾਡੇ ਚੈਨਲ ਏ ਇਹ ਸਾਡੀ ਸਕਾਫਤ ਦੇ ਹਿਸਾਬ ਨਾਲ ਤੁਸੀਂ ਬੜਾ ਵੱਡਾ ਕਦਮ ਏ ਉਠਾਇਆ ਸਾਡੇ 'ਤੇ, ਤੁਸੀਂ ਬੜੀ ਨੇਕੀ ਕੀਤੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਹੈ। ਵੇਖੋ ਜੀ, ਮਾਸ਼ਾਅੱਲਾ ਦਾਨ ਤੁਸੀਂ ਵੇਖ ਰਹੇ ਹੋ ਸਾਹਮਣੇ, ਦਾਨ ਸਾਵਾ ਮਾੜੀ ਵਾਲਾ। ਇਹਨਾਂ ਦਾ ਡੇਰਾ ਵੇਖੋ ਜੀ ਮਾਸ਼ਾਅੱਲਾ। ਤੁਸਾਂ ਅੱਜ ਇਹਨਾਂ ਦਾ ਇੰਟਰਵਿਊ ਮੁਕੰਮਲ ਸਾਵੇ ਦਾਨ ਦੇ ਮਾੜੀ ਵਾਲੇ ਦਾ, ਇਹ ਆਏ ਕਿੱਥੋਂ? ਦਾਨ ਵੇਖੋ ਜੀ ਮਾਸ਼ਾਅੱਲਾ। ਹੈਲੋ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਜਿਹੜੇ ਭਾਈ ਅਸਾਂ ਵੇਖ ਰਹੇ ਹਨ, ਸਾਰਿਆਂ ਨਾਲੋਂ ਪਹਿਲੇ ਚੈਨਲ ਨਾਲ ਲਾਈਕ ਕਰੋ, ਸਬਸਕ੍ਰਾਈਬ ਕਰੋ, ਤਾਂ ਜਿਤਨੀਆਂ ਆਉਣ ਵਾਲੀਆਂ ਸਾਡੀਆਂ ਵੀਡੀਓ ਨੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦੀਆਂ ਰਹਿਣ। ਅਸਲਾਮ ਅਲੈਕੁਮ ਜੀ। ਅਸਲਾਮ ਅਲੈਕੁਮ ਜੀ ਭਾਈ ਜਾਨ। ਚਾਚਾ ਜੀ, ਇੱਕ ਤਾਂ ਆਪਣਾ ਪੂਰਾ ਨਾਮ ਦੱਸੋ। ਮੇਰਾ ਨਾਮ ਆ ਮੁਹੰਮਦ ਅਸਲਮ। ਲੱਕ ਮੋੜ ਜੀ? ਲੱਕ ਮੋੜ, ਜ਼ਿਲ੍ਹਾ ਸਰਗੋਧਾ। ਜ਼ਿਲ੍ਹਾ ਸਰਗੋਧਾ ਜੀ। ਇਸ ਵਕਤ ਤੁਹਾਡੇ ਡੇਰੇ 'ਤੇ ਕਿਤਨੇ ਦਾਂਦ ਹਨ? ਮੇਰੇ ਕੋਲ ਅਲਹਮਦੁਲਿਲਾ 5 ਦਾਂਦ ਹਨ। ਉਹਨਾਂ ਦੇ ਕੋਈ ਨਾਮ ਵੀ ਰੱਖੇ ਹੋਏ ਨੇ? ਨਾ, ਇਸ ਵੱਡੇ ਦੇ ਹੀ, ਉਹ ਅਜੇ ਬੱਚੇ ਨੇ।
ਹਾਲ ਹੀ ਕੱਢਦੇ ਪਏ ਹਾਂ ਜਿਵੇਂ ਜਿਵੇਂ ਆਪਣਾ ਕੰਮ ਕਰਿਆ। ਵੱਡੇ ਦਾ ਕੀ ਨਾਂ ਨੇ? ਇਹਦਾ ਸ਼ਾਹੀਨ ਨੇ ਸਰਗੋਦਾ ਸਾਵਾ ਮਾੜੀਆ ਜੀ। ਬਿਲਕੁਲ ਹੈ, ਸਾਹਮਣੇ ਤੁਸੀਂ ਵੇਖੋ ਜੀ, ਦਾਨ ਸਾਵਾ ਮਾੜੀ ਵਾਲਾ। ਇਹ ਬਹੁ ਜਿਹੜੇ ਭਾਈ ਹਨ ਉਹਨਾਂ ਸਾਂ ਫੋਨ ਕੀਤਾ, ਬਹੁ ਤੁਸੀਂ ਦਾਨ ਜਿਹੜੇ ਆਪਣੇ ਚੈਨਲ 'ਤੇ ਵਿਖਾ ਰਹੇ ਹੋ ਅਤੇ ਜਿਹੜਾ ਸਾਵਾ ਮਾੜੀ ਵਾਲਾ ਉਹਦੇ ਤੁਸੀਂ ਨਾ ਵਹਿੰਦੇ ਪਏ, ਅਤੇ ਅੱਜ ਤੁਹਾਡੀ ਜਿਹੜੀ ਫਰਮਾਇਸ਼ ਹੈ ਉਹ ਪੂਰੀ ਹੋ ਗਈ। ਅਸੀਂ ਬਾਈ ਜੀ ਮਾਰ ਮੁਹੰਮਦ ਅਸਲਮ ਲੱਕ ਮਾੜੀ ਜ਼ਿਲ੍ਹਾ ਸਿਰਗੋਦਾ ਉੱਥੇ ਅੱਜ ਪਹੁੰਚ ਗਏ। ਤੁਸੀਂ ਇਹ ਵੇਖ ਰਹੇ ਹੋ ਤਕਰੀਬਨ ਜਿਹੜੇ ਸ਼ੌਕੀਨ ਹਨ ਉਹਨਾਂ ਪਤਾ ਬਦਾਨ ਸਾਵਾ ਮਾੜੀ ਵਾਲਾ ਕਿਸ ਹਿਸਾਬ ਦਾ ਦਾਨ ਦੇ, ਚੰਗਾ ਦਾਨ ਦੇ ਜਾਂ ਜੀਕਣ ਵੀ ਹੈ, ਹਰ ਬੰਦਿਆਂ ਪਤਾ ਇਸ ਦਾਂਦੇ ਦਾ ਸਿਰਗੋਦੇ ਦੇ ਇੰਝ ਸਮਝ ਇੱਕ ਪਹਿਚਾਣ ਦਾਨ ਸਾਵਾ ਮਾੜੀ ਵਾਲਾ ਵੇ। ਇਹਨਾਂ ਕੋ ਮਾਰ ਸਾਹਿਬ ਕੋ ਪਤਾ ਕਰੇ ਨੇ ਇਹ ਦਾਨ ਕਿਹੜੀ ਜਗ੍ਹਾ ਤੋਂ ਆਉਂਦੇ ਨੇ? ਇਹ ਦਾਨ ਆਉਂਦਾ ਜੀ ਇੱਥੋਂ ਮਾਰਮ ਖਾਨ 'ਚੋਂ। ਇਹ ਕਿਹੜੀ ਨਸਲ 'ਚੋਂ ਆਉਂਦਾ ਪਿਆ ਦਾਨ? ਇਹ ਦਾਨ ਸਦਰੱਕੀ ਵਾਲੇ ਦਾ ਪੁੱਤਰ ਹੈ ਜੀ। ਅੱਛਾ। ਸ਼ੇਰ ਜੰਗਾਲਾਂ ਦੇ ਡੇਰੇ 'ਤੇ ਜੰਮਿਆ ਜੀ ਜੀ, ਪੁਰਾਣੇ ਦਾਨ ਦੀ ਘਰਾਨਾ। ਅੱਛਾ। ਉੱਥੋਂ ਬਾਅਦ ਦਾਨ ਮੈਂ ਆਉਂਦਾ। ਅੱਛਾ ਅੱਛਾ। ਜਿਸ ਟਾਈਮ 'ਤੇ ਤੁਸੀਂ ਇਹ ਦਾਨ ਆਉਂਦਾ ਇਸ ਦੀ ਉਮਰ ਕਿਤਨੀ ਆਈ? ਉਸ ਵੇਲੇ ਦਾਨ ਤਕਰੀਬਨ 6 ਸਾਲ ਦਾ ਦਾਨ ਸੀ। ਅੱਛਾ, 6 ਸਾਲ ਦਾ ਦਾਨ ਜੀ। ਉਸ ਦੇ ਦਾਨੇ 'ਤੇ ਮਾਸ਼ਾਅੱਲਾ ਮਿਹਨਤ ਤੁਸੀਂ ਕਾਫੀ ਕੀਤੀ ਹੈ, ਕਿਤਨੇ ਜਲਸੇ ਵਗ ਚੁੱਕਾ ਇਸ ਵਕਤ? ਇਹ ਗਲਬਨ ਮੇਰੇ ਅੰਦਾਜ਼ੇ 'ਤੇ ਕਦੇ 200 ਜਲਸਾ ਵਗ ਚੁੱਕਾ। ਅੱਛਾ ਅੱਛਾ। ਇਹ ਅੰਦਾਜ਼ੇ ਦੀ ਇੱਕ ਗੱਲ ਹੈ ਜਿਹੜਾ ਇਸ ਜਿਸ ਟਾਈਮ 'ਤੇ ਤੁਸੀਂ ਆਉਂਦੇ ਆ ਦਾਨ, ਪਹਿਲਾ ਜਿਹੜਾ ਚੰਗਾ ਜਲਸਾ ਉਹ ਕਿਹੜਾ ਇਸ 'ਤੇ, ਉਹ ਕੋਈ ਤੁਸੀਂ ਡਿਜ਼ਾਇਨ 'ਚ ਹੈ ਜਿਸ ਲਈ ਯਾਨੀ ਆਵਾਮ ਤੁਹਾਡੇ ਡੇਰੇ 'ਤੇ ਅਤੇ ਮਾਰ ਜਿਹੜਾ 2010 ਦੇ 10ਵੇਂ ਮਹੀਨੇ 'ਚ ਮੈਂ ਆਉਂਦਾ। ਅੱਛਾ। 1.5 ਸਾਲ ਦਾਨ ਦੇ ਨਾਲ ਮੈਂ ਇੱਥੇ ਨਹਿਰਾਂ 'ਤੇ ਗੁਲਦਾ ਰਿਹਾ। ਅੱਛਾ ਅੱਛਾ। ਉਸ ਤੋਂ ਬਾਅਦ ਇਹ ਜਿਹੜਾ ਪਹਿਲਾ ਜਲਸਾ ਚੰਗਾ ਵਗਿਆ, ਇਹ ਪਹਿਲੀ ਵਾਰੀ ਇਹਦੀ ਨਿਸ਼ਾਨਦੇਹੀ ਕਰ ਲਓ। ਅੱਛਾ ਅੱਛਾ। ਇਹ ਗੁਲਾਮ ਮੁਹੰਮਦ ਸ਼ੇਰ ਜੰਗਾਲ ਬਾਬਾ ਸਾਡਾ ਵਾਗੀ ਆ ਜੀ ਜੀ, ਸ਼ਾਹ ਦੀ ਜਾਈ ਕਾਦਰਪੁਰ ਸਾੜੀ ਵਾਲੇ 'ਤੇ। ਅੱਛਾ ਅੱਛਾ। ਲੇਕਿਨ ਜਿਹੜਾ ਪੂਰਾ ਦਾਨਾਂ 'ਚ ਪਿਆ ਉਹ ਦਾਨ 2013 ਦੇ ਆਖਰ 'ਤੇ ਲਖਵਾਲ ਗ੍ਰਾਂ 'ਚ ਉਸਤਾਦ ਨਜ਼ੀਰ ਅੱਲਾ ਤਾਲਾ ਜੰਨਣ ਦੇਵੇ ਦਾਨ ਨੱਪਿਆ, ਨਜ਼ੀਰ ਜਾਟਲਾ। ਅੱਛਾ। ਉਹਨਾਂ ਦਾਨ ਨੱਪਿਆ, ਗੁਲਾਮ ਮੁਹੰਮਦ ਆਪ ਨਪਾਇਆ। ਅੱਛਾ ਅੱਛਾ। ਗੁਲਾਮ ਮੁਹੰਮਦ ਲਈ ਦਾਨ ਇਹਦੇ ਨਾਲ ਆ, ਉਸ ਦਿਨ ਦਾਨ ਦਾਨਾਂ ਜਾ ਕੇ ਸ਼ਾਮਿਲ। ਤੁਹਾਡੇ ਇੱਕ ਨਾਂ ਜੀ, ਨਾਂ ਹਰ ਬੰਦੇ ਦੇ ਸਾਹਮਣੇ, ਹਰ ਬੰਦੇ ਦੇ ਸਾਹਮਣੇ ਆ ਗਿਆ ਮਾਰ ਅਸਲਮ ਵੀ ਜੀ ਜੀ ਬਿਲਕੁਲ। ਹਾਲਾਂਕਿ ਉਂਝ ਤਾਂ ਇਸ ਤੋਂ ਪਹਿਲੇ ਮੈਂ 12 ਦਾਨ ਦਾ ਡਾਇਨ, 32 ਸਾਲ ਹੋ ਗਏ ਨੇ ਸਕਾਫਤ 'ਚ। ਅੱਛਾ। ਲੇਕਿਨ ਦੂਏ ਦਾਨ ਇਸ ਕਾਬਿਲ ਵਾ, ਨਾਂ ਦਾਨਾਂ ਨਾਲ ਹੀ ਪਹਿਚਾਣ ਹੈ। ਇਸ ਡੇਰੇ 'ਤੇ ਕਿਤਨੇ ਦਾਨ? ਇਹ ਸਾਰੇ ਤੁਹਾਡੇ ਡੇਰੇ 'ਤੇ ਕਿਤਨੇ ਦਾਨ? ਮੇਰੇ ਆਪਣੇ ਜ਼ਾਤੀ ਮੇਰੇ ਕੋਲ ਜਿਹੜੇ ਦਾਨ ਖਲੇ ਨੇ ਇਸੇ ਦੇ ਪੁੱਤਰ ਹਨ। ਅੱਛਾ। ਇਸ ਦੇ ਪੁੱਤਰ ਹਨ? ਇਸੇ ਦੇ ਪੁੱਤਰ ਹਨ। ਗਾਂ ਵੀ ਮੈਂ ਸ਼ੇਰ ਜੰਗਾਲਾਂ ਕੋਲ ਆਉਂਦੀ। ਅੱਛਾ ਅੱਛਾ। ਉਹ 5 ਦਾਨ ਖਲੇ। ਉਹਨਾਂ ਵੀ ਕਿਸੇ ਜਲਸੇ 'ਤੇ ਖੜੇ ਨੇ? ਇਹ ਅਜੇ ਲੋਕਲ ਕੱਢਦੇ ਪਏ ਹਾਂ ਇੱਥੇ ਸਰਗੋਦੇ ਵਿੱਚ, ਸਰਗੋਦੇ ਵਿੱਚ ਲੋਕਲ, ਅਜੇ ਕਿਸੇ ਵੱਡੇ ਜਲਸੇ ਨਹੀਂ ਪਾਏ। ਭਾਈ ਤੁਸੀਂ ਕਿਤਨੇ ਹੋ? 3 ਭਾਈਆਂ 'ਚ। ਸਾਰਿਆਂ ਸ਼ੌਂਕ ਹੀ ਹੈ, ਇੱਕ ਤੁਸਾਂ ਆਈ ਹੈ? ਜ਼ਿਆਦਾ ਸ਼ੌਕ ਮੈਂ ਨਹੀਂ ਆ, ਲੇਕਿਨ ਉਹਦੇ ਨਾਲ ਮੇਰਾ ਸਾਥ ਪੂਰਾ ਬਿਰਾਵਾਂ ਦਿੱਤਾ। ਹੁਣ ਖਾਲੀ ਮੇਰਾ ਨਾਂ ਹੈ, ਉਹਨਾਂ ਦੇ ਨਾਂ ਸਾਰੀ ਮਿਹਨਤ ਭਾਈਆਂ ਦੇ ਨਾਂ ਦੱਸੋ। ਵੱਡਾ ਸਾਡਾ ਬਾਈ ਹੈ ਸਾਰਿਆਂ ਤੋਂ ਮੁਹੰਮਦ ਆਜ਼ਮ। ਅੱਛਾ ਅੱਛਾ। ਨਿੱਕਾ ਬਾਈ ਹੈ ਅਕਰਮ, ਮੁਹੰਮਦ ਅਕਰਮ, ਦਾਨ ਬਾਰੋ ਮੁੱਢੋ ਨਾ ਪੈਂਦਾ ਵੀ ਹੈ। ਅੱਛਾ ਅੱਛਾ। ਹੁਣ ਸਾਰੀ ਮਿਹਨਤ ਉਹਨਾਂ ਦੀ, ਮੇਰਾ ਹੁਣ ਨਾਂ ਹੀ ਹੈ, ਮੈਂ ਤਾਂ ਘਰ ਬੈਠਾ ਹੀ ਆ। ਦਾਨ ਮਾਸ਼ਾਅੱਲਾ ਵੇਖਾ ਸਰ ਕਾਫੀ ਇਸਾਂ ਮੈਡਕਲ ਦੇਸੀ ਘੀ ਜਾਂ ਕੋਈ ਜੀ? ਮੈਂ ਤਾਂ ਜ਼ਿਆਦਾ ਜਿਹੜਾ ਦੇਣਾ ਜੀ, ਬਾਕੀ ਤਾਂ ਬਸ ਲੋਕਾਂ ਦੀਆਂ ਗੱਲਾਂ ਹਨ, ਜਿਵੇਂ ਜਿਵੇਂ ਆਪਣੀ ਕਰ ਲੈਣ। ਮੈਂ ਤਾਂ ਇਹਦੀ ਗਰਮੀਆਂ ਦੇ
ਜਿਤਨਾ ਸੀਜ਼ਨ ਹੈ ਉਹਦੇ ਵਿੱਚ ਘਿਓ ਅੱਛਾ ਮੇਥਰੇ 'ਚ ਦਾ ਚੱਲਦਾ ਰਹਿੰਦਾ ਪੂਰਾ ਸੀਜ਼ਨ ਅਤੇ ਕੌੜਾ ਤੇਲ ਗਰੁੱਪ ਕਿਹੜੇ ਨਾਲ ਤਾਂ ਲੱਗੇ ਜੀ ਫਖਰੇ ਪਾਕਿਸਤਾਨ ਗਰੁੱਪ ਨਾਲ ਨਜ਼ੀਰ ਜਾਡਲਾ ਨਜ਼ੀਰ ਜਾਡਲਾ ਗਰੁੱਪ ਅੱਛਾ ਅੱਛਾ ਅਤੇ 6 ਸਾਲ 7 ਸਾਲ ਉਹਨਾਂ ਵਾਇਆ ਅੱਛਾ ਅੱਛਾ ਉਹਨਾਂ ਦੀ ਵਫਾਤ ਤੋਂ ਬਾਅਦ ਉਹਨਾਂ ਦਾ ਬੇਟਾ ਸ਼ਕੀਲ ਸਾਡਾ ਵੀ ਪੁੱਤਰ ਹੋਇਆ ਸਵਾਗੀ ਤਾਂ ਬਣਾਇਆ ਉਹਨੂੰ ਕਦੀ ਨਹੀਂ ਜੀ ਜੀ ਬਿਲਕੁਲ ਉਹਨੂੰ ਪੁੱਤਰਾਂ ਦੀ ਜਾਇ 'ਤੇ ਰੱਖੀਂਦਾ ਉਹ ਵੀ ਪੁੱਤਰ ਇਸ ਦੀ ਹੁਣ ਉਮਰ ਕਿਤਨੀ ਤੁਹਾਡੇ ਦਾਦੇ ਦੀ ਤਕਰੀਬਨ 19-20 ਸਾਲ ਇਹਦੀ ਉਮਰ ਹੋ ਚੁੱਕੀ ਅੱਛਾ ਅੱਛਾ ਜੀ ਸ਼ੌਂਕ ਦੇ ਹਵਾਲੇ ਨਾਲ ਤੁਸੀਂ ਕੀ ਸਮਝਦੇ ਹੋ ਸ਼ੌਂਕ ਕੈਸਾ ਬਹੁਤ ਅੱਛਾ ਸ਼ੌਂਕ ਹੈ ਜੀ ਬਹੁਤ ਅੱਛਾ ਸ਼ੌਂਕ ਹੈ ਇੱਕ ਬੰਦਿਆਂ ਦੀ ਜ਼ਹਿਨੀ ਰਿਫਰੈਸ਼ਮੈਂਟ ਇੰਜੋਏਮੈਂਟ ਇੱਕ ਹੀ ਦੂਜੇ ਨਾਲ ਮਿਲਣਾ ਜੀ ਜੀ ਇਸ ਗੱਲ ਨਾਲ ਮੈਂ ਕਹਿ ਅਸੀਂ ਹੁਣ ਸਰਗੋਧੇ ਤੋਂ ਪਰਦੇਸੀ ਬੰਦਿਆਂ ਬਹਿੰਦੇ ਹਾਂ ਜੀ ਜੀ ਚਕਵਾ ਲਈ ਬਹਿੰਦੇ ਹਾਂ ਇਸ ਸਕਾਫਤ ਦੇ ਲਿਹਾਜ਼ ਨਾਲ ਉੱਥੇ ਮਹਿਸੂਸ ਨਹੀਂ ਆਉਂਦਾ ਕਿ ਅਸੀਂ ਕਿਤੇ ਬਾਹਰ ਵਧਿਆ ਜਾਂ ਆਪਣੇ ਜ਼ਿਲ੍ਹੇ 'ਚ ਆਪਣੇ ਜ਼ਿਲ੍ਹੇ 'ਚ ਜਾਂ ਅਸੀਂ ਆਊਟ ਜ਼ਿਲ੍ਹੇ 'ਚ ਬਿਲਕੁਲ ਮਲੂਮ ਇੰਝ ਆਉਂਦਾ ਕਿ ਅਸੀਂ ਮਕਾਮੀ ਜ਼ਿਲ੍ਹੇ 'ਚ ਹੀ ਵਧਿਆ ਇਹ ਸਾਰੇ ਸਕਾਫਤ ਦੀ ਵਜ੍ਹਾ ਤੋਂ ਜੀ ਜੀ ਬਿਲਕੁਲ ਚੰਦ ਇੱਕ ਬੰਦਿਆਂ ਥੋੜ੍ਹਾ ਜਿਹਾ ਇਸ ਨੂੰ ਇਹ ਨੈੱਟ 'ਤੇ ਥੋੜ੍ਹੀ ਜਿਹੀ ਬਦਰੇਸ਼ਨ ਬਣਾਈ ਜਿਹੜੀ ਨਹੀਂ ਹੋਣੀ ਚਾਹੀਦੀ ਜੀ ਨਹੀਂ ਹੋਣੀ ਚਾਹੀਦੀ ਬਿਲਕੁਲ ਅਮਨ ਨਾਲ ਸਕੂਨ ਨਾਲ ਦਾਨ ਵਾਓ ਦਾਨ ਚੰਗੇ ਮਾੜੇ ਆਵਾਮ ਪਸੰਦ ਕਰਨੇ ਕਈ ਦਫ਼ਾ ਇੱਕ ਦਾਨ ਅੱਛਾ ਵਗ ਪੈਂਦਾ ਲੇਕਿਨ ਆਵਾਮ ਨੂੰ ਉਸ ਦੀ ਪਸੰਦੀ ਨਹੀਂ ਆਉਂਦੀ ਉਹ ਅਸੀਂ ਯਾਦ ਹੀ ਮਸਲਨ ਮੇਰਾ ਦਾਨ ਜੀ ਜੀ ਮੇਰੇ ਹਿਸਾਬ ਨਾਲ ਇੱਕ ਜਲਸਾ ਬੜਾ ਵਗ ਗਿਆ ਬਿਲਕੁਲ ਆਵਾਮ ਨੂੰ ਉਹਦਾ ਫੇਰਾ ਨਹੀਂ ਪਸੰਦ ਜੀ ਤੋ ਮੇਰੇ ਆਖਣੇ ਨਾਲ ਤਾਂ ਉਸ ਚੰਗੇ ਨਹੀਂ ਹੋਵਣ ਨਹੀਂ ਹੋਣਾ ਬਿਲਕੁਲ ਅਗਰ ਉਸਨੂੰ ਆਵਾਮੀ ਦਾਦ ਮਿਲ ਸੀ ਆਵਾਮ ਉਹਨੂੰ ਕਬੂਲ ਕਰੇ ਬਿਲਕੁਲ ਇਹ ਅਸੀਂ ਮਾਲਕ ਹਾਂ ਜਾਂ ਦਾਨ ਦਾ ਸਕਾਫਤ ਦਾ ਕੋਈ ਕੰਮ ਨੇਜ਼ਾਬਾਜ਼ੀ ਇਹ ਇਹਨਾਂ ਜਿਹੜੇ ਸ਼ੌਕ ਦੇ ਕੰਮ ਹਨ ਇਹ ਸਾਰੀਆਂ ਚੀਜ਼ਾਂ ਆਵਾਮ ਦੇ ਮੁਹਤਾਜ ਤੁਸੀਂ ਕਿਸ ਸਮਝਦੇ ਹੋ ਅੱਜ ਕੱਲ੍ਹ ਜਿਹੜੀ ਨਵੀਂ ਨਸਲ ਹੈ ਜੀ ਇਹਨਾਂ ਵੀ ਕੋਈ ਸ਼ੌਕ ਯਾਨੀ ਅੱਗਾਂ ਵੱਧ ਸੀ ਜਾਂ ਘੱਟ ਵੈਸੀ ਸ਼ੌਕ ਅੱਗੇ ਤੋਂ ਵੀ ਜ਼ਿਆਦਾ ਪਿਆ ਪੈਂਦਾ ਅੱਛਾ ਅੱਛਾ ਹੁਣ ਤਾਂ ਰੇਟ ਵੀ ਬੜਾ ਦਾ ਰੇਟ ਵੀ ਬੜਾ ਸ਼ੌਕ ਵੀ ਅੱਗੇ ਤੋਂ ਜ਼ਿਆਦਾ ਪਿਆ ਪੈਂਦਾ ਸਾਡੀ ਯੰਗ ਜਨਰੇਸ਼ਨ ਬੜੇ ਦਾਂਦ ਰੱਖਦੀ ਪਈ ਇੱਕ ਹੀ ਚੀਜ਼ ਨਾਲ ਮੈਨੂੰ ਬੜਾ ਅਫਸੋਸ ਆਉਂਦਾ ਕਈ ਦਫ਼ਾ ਹੁਣ ਪਤਾ ਕੀਤਾ ਜਾਂ ਲੋਕਾਂ ਜਿਤਨਾ ਮੇਰੇ ਕੋਲ ਪੁੱਛਿਆ ਮੈਂ ਆਪਣੀ ਇਮਾਨਦਾਰੀ ਨਾਲ ਜਿਤਨੀ ਮੇਰੀ ਸਮਝ ਹੈ ਮੈਂ ਉਹਨਾਂ ਦੱਸਿਆ ਇਹਨਾਂ ਦਾ ਦਿਨ ਇਹ ਦਿਓ ਲੇਕਿਨ ਇੱਕ ਹੀ ਚੀਜ਼ ਦਾ ਅਫਸੋਸ ਜ਼ਰੂਰ ਆਉਂਦਾ ਕਿ ਇਹਨਾਂ ਜੇ ਬੱਚਿਆਂ ਨੂੰ ਸਾਡਿਆਂ ਲਵੇ ਹੀ ਪੌਦੇ ਨੂੰ ਜੀ ਜੀ ਇਹਨਾਂ ਦਾਂਦ ਰੱਖਣ ਦਾ ਪਤਾ ਕੋਈ ਕਈ ਦਾਂਦ ਅੱਛੇ ਦਾਂਦ ਜ਼ਾਇਆ ਹੋਏ ਪੈਣ ਉਹਨਾਂ ਦੀ ਤਿਆਰੀ ਜੀ ਜੀ ਬਿਲਕੁਲ ਰੱਖਣ ਦੀ ਵਜ੍ਹਾ ਤੋਂ ਰੱਖਣੇ ਤੋਂ ਕਈ ਖੁਰਾਕ ਦੇ ਲੈਂਦੇ ਨੇ ਅਤੇ ਤਿਆਰ ਨਹੀਂ ਕਰ ਸਕਦੇ ਕਈ ਜਿਹੜੇ ਖੁਰਾਕ ਤੋਂ ਮਹਿਰੂਮ ਹਨ ਉਹਨਾਂ ਨੇ ਇਹ ਨਹੀਂ ਪਤਾ ਇਹ ਚੀਜ਼ ਇਸਦੇ ਜਲਸੇ ਵਾਸਤੇ ਮਾਫਿਕ ਹੈ ਜਾਂ ਇਸ ਦੇ ਖਿਲਾਫ ਉਹ ਤਫਰੀਕ ਨਹੀਂ ਕਰ ਸਕਦੇ ਬੰਦੇ ਕੋਈ ਰੱਖੇ ਹੋਏ ਤੁਸੀਂ ਇਹਨਾਂ ਦੀ ਜਿਹੜੀ ਦੇਖਭਾਲ ਕਰਦੇ ਦੇਖੋ ਜੀ ਨੌਕਰ ਮੇਰੇ ਕੋਲ ਵਧਿਆ ਨਾਲ ਅਲਹਮਦੁਲਿਲਾ ਤ੍ਰੈ ਅੱਛਾ ਤ੍ਰੈ ਮੁਰੱਬੇ ਦਾ ਮੈਂ ਮਾਲਕ ਹਾਂ ਜੀ ਜੀ ਅੱਲਾਹ ਦਾ ਕਮਾ ਕਰਾਂ ਮੈਂ ਜੀ ਜੀ ਸ਼ੁਕਰ ਅਲਹਮਦੁਲਿਲਾ ਮੇਰੇ ਵਾਲਿਦ ਵੀ ਤ੍ਰੈ ਮੁਰੱਬੇ ਨਾ ਲੇਕਿਨ ਦਾਂਦਾਂ ਦਾ ਜਿਹੜਾ ਕੰਮ ਹੈ ਉਹ ਜਾਂ ਬਾਈ ਕਰਨਾ ਜਾਂ ਮੈਂ ਆਪ ਕਰਨਾ ਅੱਛਾ ਅੱਛਾ ਇਹਨਾਂ ਦੀ ਤਿਆਰੀ ਵੀ ਅਸੀਂ ਆਪ ਕਰਦੇ ਹਾਂ ਸਾਡੇ ਨਾਲ ਦੂਏ ਬਿਰਾ ਹਨ ਇਹ ਸਾਡਾ ਬਿਰਾ ਹੈ ਜ਼ਫਰ ਪਰਮਾਨੈਂਟ ਦਾਂਦੇ ਨੇ ਇਸ ਹਲਵਾਨ ਆਉਂਦਾ ਇੱਕ ਅਸਲ ਵਿੱਚ ਮੇਨ ਸਵਾਲ ਹੈ ਬਾਹਰ ਬੰਦਾ ਸਵਾਲ ਕਰਦਾ ਬਈ ਯਾਰ ਇੱਕ ਕੰਮ ਹਲਤ ਹੋ ਰਿਹਾ ਜਿਹੜੇ ਜਲਸੇ ਇੱਕ ਦਿਨ ਦੋ ਦੋ ਤਰੇ ਚਾਰ ਚਾਰ ਜਲਸੇ ਉਸ ਦੇ ਬਾਰੇ ਤੁਸੀਂ ਕਿਹਾ ਦਿਓ
ਵੇਖੋ ਜੀ, ਵੇਖੋ ਜੀ, ਜਿਹੜੀ ਦਾਂਦਾਂ ਦੇ ਅਸੀਂ ਦਾਂਦਾਂ ਦੇ ਹਵਾਲੇ ਨਾਲ ਤਾਂ ਗੱਲ ਕਰਾਂ ਤੇ ਸਾਡਾ ਤਾਂ ਰੇਟ ਬਣਿਆ ਦੋ ਦੋ ਤਰੇ ਤਰੇ ਜਲਸੇ ਬਣਨੇ ਚ ਚਲੋ ਆਵਾਮ ਆਰਾਮ ਨਾਲ ਦੂਆ ਜਲਸਾ ਵੀ ਵੇਖੇ, ਤ੍ਰੀਆ ਵੀ ਵੇਖੇ, ਚੌਥਾ ਵੀ ਵੇਖੇ, ਉਸ ਤੋਂ ਬਾਅਦ ਘਰ ਬਹਿ ਕੇ ਫੈਸਲੇ ਕਰਦੇ ਰਹੇ ਸਨ ਕਿ ਕਿਹੜਾ ਜਲਸਾ ਚੰਗਾ ਵਗਿਆ ਜਾਂ ਕਿਹੜਾ ਦਾਨ ਚੰਗਾ ਵਗਿਆ। ਅੱਜ ਕੱਲ੍ਹ ਯਾਨੀ ਹੋ ਰਹੇ ਨੇ ਵਾਲੀਬਾਲ ਦੇ ਮੈਚ ਵੀ ਕਾਫੀ, ਉੱਥੇ ਟਿਕਟ ਆਉਂਦਾ, ਤੁਸੀਂ ਕੀ ਸਮਝਦੇ ਹੋ ਇਹ ਵੀ ਅੱਗੋਂ ਆਉਣ ਵਾਲੇ ਵਕਤ ਵਿੱਚ ਕੋਈ ਨਹੀਂ ਇਹ ਹੋ ਸੀ ਇੱਥੇ ਵੀ ਨਹੀਂ, ਮੈਂ ਨਹੀਂ ਉਮੀਦ ਕਿ ਟਿਕਟ ਵਾਲਾ ਕੰਮ ਹੈ, ਅਸਲ ਵਿੱਚ ਪਿੜ ਬੜਾ ਵੱਡਾ ਹੁੰਦਾ, ਇਹ ਪਿੜ ਵੀ ਵੱਡਾ ਹੁੰਦਾ ਅਤੇ ਦੂਈ ਇਹ ਸਾਡਾ ਇੱਕ ਜ਼ਮੀਨਦਾਰੀ ਸਕਾਫਤ ਜੀ ਜੀ, ਇਹਦਾ ਜਿਹੜਾ ਵੀ ਜਲਸੇ ਵੇਖਣ ਵੈਂਦੇ ਨਾ ਜੀ, 70% ਬੰਦੇ ਜ਼ਮੀਨਦਾਰ ਉਹਨਾਂ ਨੂੰ ਜ਼ਾਤੀ ਸ਼ੌਕ ਹੈ, ਬਿਲਕੁਲ 30% ਤਮਾਸ਼ਾਈ ਵੀ ਆਉਂਦੇ ਨੇ, ਲੇਕਿਨ ਜਿਹੜੇ ਜ਼ਾਤੀ ਸ਼ੌਕੀਨ ਹਨ ਉਹਨਾਂ ਟਿਕਣ ਨਾਲ ਕੋਈ ਗਰਜ਼ ਨਹੀਂ ਅਤੇ ਹੋਣੀ ਵੀ ਨਹੀਂ ਚਾਹੀਦੀ। ਠੀਕ ਹੈ ਜੀ, ਬਹੁਤ ਮਿਹਰਬਾਨੀ, ਬੜੀ ਮਿਹਰਬਾਨੀ ਜੀ, ਜਿਹੜਾ ਤੁਸੀਂ ਇਤਨਾ ਟਾਈਮ ਕੱਢ ਕੇ ਮੇਰੇ ਕੋਲ ਆਇਓ ਔਰ ਤੁਹਾਡਾ ਚੈਨਲ ਹੈ, ਇਹ ਸਾਡੀ ਸਕਾਫਤ ਦੇ ਹਿਸਾਬ ਨਾਲ ਤੁਸੀਂ ਬੜਾ ਵੱਡਾ ਕਦਮ ਹੈ ਉਠਾਇਆ ਸਾਡੇ 'ਤੇ, ਤੁਸੀਂ ਬੜੀ ਨੇਕੀ ਕੀਤੀ ਇਹ ਸਕਾਫਤ ਦੇ ਰੰਗ ਤੁਹਾਡਾ ਚੈਨਲ, ਚਲੋ ਇੱਕ ਸਕਾਫਤੀ ਪ੍ਰੋਗਰਾਮ ਨਾਲ ਤੁਹਾਡੀ ਇਹਦੇ ਉੱਤੇ ਬੜੀ ਮਿਹਰਬਾਨੀ, ਤੁਸੀਂ ਇਤਨਾ ਸਫ਼ਰ ਕਰਕੇ ਆਇਓ, ਨਵਾਜ਼ ਹੈ, ਸ਼ੁਕਰੀਆ। ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ ਸਰ, ਬੜੀ ਮਿਹਰਬਾਨੀ।